ਸਾਡੀ ਗੱਲਬਾਤ ਹੋ ਰਹੀ ਹੈ ਜੀ ਪ੍ਰੋਫੈਸਰ ਜਗਮੋਹਨ ਸਿੰਘ ਜੀ ਨਾਲ, ਜੋ ਕਿ ਭਗਤ ਸਿੰਘ ਸ਼ਹੀਦ ਜੀ ਦੇ ਉਹਨਾਂ ਦੇ ਭਾਣਜੇ ਹੈਗੇ ਆ, ਤੇ ਉਹਨਾਂ ਦੀ ਲਾਈਫ ਬਾਰੇ ਤਾਂ ਆਪਣੀ ਲਾਈਫ ਬਾਰੇ ਸਾਨੂੰ ਜਾਣਕਾਰੀ ਦੇਣਗੇ, ਕਿਉਂਕਿ 23 ਮਾਰਚ ਆ ਰਿਹਾ ਹੈ ਤੇ 23 ਮਾਰਚ ਨੂੰ ਸਾਨੂੰ ਪਤਾ ਕਿ ਜੀ ਭਗਤ ਸਿੰਘ ਜੀ ਦਾ ਸ਼ਹਾਦਤ ਦਾ ਦਿਨ ਹੈ। ਸਤਿ ਸ੍ਰੀ ਅਕਾਲ ਜੀ ਪ੍ਰੋਫੈਸਰ ਸਾਹਿਬ। ਸਤਿ ਸ਼੍ਰੀ ਅਕਾਲ ਹਰਜਾਪ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਹਾਡੇ ਸਰੋਤਿਆਂ ਨੂੰ ਮੇਰੀ ਅਦਾਬ ਨਮਸਕਾਰ, ਸਤਿ ਸ਼੍ਰੀ ਅਕਾਲ। ਵਾਹ ਜੀ ਵਾਹ। ਪਹਿਲਾਂ ਤਾਂ ਜੀ ਪ੍ਰੋਫੈਸਰ ਸਾਹਿਬ, ਤੁਸੀਂ ਸਾਨੂੰ ਥੋੜ੍ਹਾ ਆਪਣਾ ਬੈਕਗ੍ਰਾਉਂਡ ਬਾਰੇ ਦੱਸੋ ਜੀ, ਕਿ ਤੇ ਸਾਨੂੰ ਜੋ ਸ਼ਹੀਦ ਭਗਤ ਸਿੰਘ ਦਾ ਜੋ ਤੁਸੀਂ ਐਡਰੈਸ ਚਲਾਉਂਦੇ ਹੋ, ਜੋ ਤੁਸੀਂ ਉਹਨਾਂ ਦੇ ਪਿੰਡ ਵਿੱਚ ਵੀ ਜੋ ਪ੍ਰਾਪਤੀਆਂ ਕੀਤੀਆਂ, ਜੋ ਤੁਸੀਂ ਹੱਲੇ ਮਾਰੇ, ਉਹਨਾਂ ਬਾਰੇ ਵੀ ਕੁਛ ਦੱਸੋ ਜੀ। ਮੇਰੇ ਮਦਰ ਬੀਬੀ ਅਮਰ ਕੌਰ ਸ਼ਹੀਦ ਭਗਤ ਸਿੰਘ ਤੋਂ 3 ਸਾਲ ਛੋਟੇ ਸੀਗੇ, ਜੀ ਤੇ ਮੈਂ ਸਮਝਦਾ ਕਿ ਉਹਨਾਂ ਨੇ ਮੇਰੇ ਮਨ ਵਿੱਚ ਇੱਕ ਜਿਹੜਾ ਸਵਾਲ ਸ਼ੁਰੂ ਚੋਂ ਹੀ ਮਤਲਬ ਬੜਾ ਸੂਖਸ਼ਮਤਾ ਨਾਲ ਬੋਧ ਦਿੱਤਾ, ਉਹ ਇਹ ਸੀਗਾ ਕਿ ਲੋਕ ਮੈਨੂੰ ਪੁੱਛਦੇ ਨੇ ਵੀ ਘਰ 'ਚ ਭਗਤ ਸਿੰਘ ਨੂੰ ਜਾਣਨ ਵਾਲਾ ਕੋਈ ਹੈ, ਤਾਂ ਮੈਂ ਕਿਹਾ ਉਹਨਾਂ ਨੇ ਮੈਨੂੰ ਅਹਿਸਾਸ ਕਰਾਇਆ ਕਿ ਜਾਣੇ ਬਗੈਰ ਰਿਸ਼ਤਾ ਨਹੀਂ ਬਣਦਾ। ਜੀ ਤੋ ਉਸ ਜਾਣਨ ਦੇ ਪ੍ਰੋਸੈਸ ਵਿੱਚ ਮੈਂ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ, ਹਰ ਇੱਕ ਨੂੰ ਜਿਹਦੀ ਮਿਲੇ ਵੀ, ਉਹਨਾਂ ਤੋਂ ਸਮਝਿਆ ਵੀ, ਔਰ ਉਹਨਾਂ ਦੀਆਂ ਸਾਰੀਆਂ ਲਿਖਤਾਂ ਜਿਹੜੀਆਂ ਨੇ ਉਹਨਾਂ ਨੂੰ ਵੀ ਇਕੱਠੇ ਕਰਕੇ ਪੰਜਾਬੀ ਵਿੱਚ, ਹਿੰਦੀ ਵਿੱਚ ਤੇ ਅੰਗਰੇਜ਼ੀ ਵਿੱਚ, ਤੇ ਇੱਕ ਮੈਂ ਵੈਬਸਾਈਟ ਦੇ ਉੱਤੇ ਪਾਤੀਆਂ ਸ਼ਹੀਦ ਭਗਤ ਸਿੰਘ .org ਤੇ। ਜੀ ਤੋ ਇਸੇ ਪ੍ਰੋਜੈਕਟ ਨੂੰ ਲੈ ਕੇ ਜਦੋਂ ਸ਼ਤਾਬਦੀ ਮਨਾਈ ਗਈ, ਫਿਰ ਆਪਣੇ ਫੈਮਿਲੀ ਫੰਡਸ ਵਿੱਚੋਂ ਮੈਂ ਸ਼ਹੀਦ ਭਗਤ ਸਿੰਘ ਸ਼ਤਾਬਦੀ ਫਾਊਂਡੇਸ਼ਨ ਖੜੀ ਕੀਤੀ, ਜੀ ਜਿਹਦਾ ਇੱਕ ਏਮ ਸੀਗਾ ਕਿ ਵੀ ਕਿਉਂਕਿ ਸਰਕਾਰਾਂ ਜਿਹੜੀਆਂ ਨੇ ਉਹ ਜਾਣਕਾਰੀ ਦੇਣ ਦੀ ਬਜਾਏ ਦਿਖਾਵਾ ਜ਼ਿਆਦਾ ਕਰਦੀਆਂ ਨੇ, ਹਾਂਜੀ ਲੇਕਿਨ ਲੋਕਾਂ ਦੀ ਜਿਹੜੇ ਜਿੰਨੇ ਖਟਖਟ ਕਲਾਂ ਵਿਜ਼ਿਟ ਕਰਦੇ ਨੇ ਜੀ ਉਹਨਾਂ ਦੀ ਇੱਕ ਲੋੜ ਹੁੰਦੀ ਹੈ ਕਿ ਉਹ ਹੋਰ ਵੱਧ ਜਾਣਕਾਰੀ ਲੈ ਸਕਣ। ਜੀ ਤੋ ਮੈਂ ਉੱਥੇ ਇੱਕ ਜਗ੍ਹਾ ਲੈ ਕੇ ਹੁਣ ਮਤਲਬ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਜਿਹੜੀ ਜਾਣਕਾਰੀ ਹੈ ਉਹਨੂੰ ਉੱਥੇ ਉਪਲਬਧ ਵੀ ਕੀਤਾ ਜਾਵੇ ਔਰ ਲੋਕਾਂ ਨਾਲ ਇੰਟਰੈਕਟ ਵੀ ਹੋਇਆ ਜਾਵੇ। ਤੋ ਉਹਦੇ ਵਿੱਚ ਇੱਕ ਸ਼ਹੀਦ ਭਗਤ ਸਿੰਘ ਕ੍ਰੀਏਟਿਵਿਟੀ ਸੈਂਟਰ, ਜੀ ਜਿਹੜਾ ਖਾਸ ਤੌਰ ਤੇ ਜਿਹੜੇ ਸਾਡੇ ਪਿੰਡਾਂ ਦੇ ਬੱਚੇ ਨੇ ਉਹਨਾਂ ਵਿੱਚ ਮਿਹਨਤ ਦੀ ਤੇ ਬਹੁਤ ਲਗਨ ਹੁੰਦੀ ਹੈ, ਲੇਕਿਨ ਉਹਨਾਂ ਨੂੰ ਮਤਲਬ ਅਚੀਵਮੈਂਟ ਵਾਲੇ ਪਾਸੇ ਨੂੰ ਲਿਜਾਣ ਲਈ ਥੋੜਾ ਗਰੋਥ ਮਾਇੰਡ ਸੈਟ ਬਿਲਡ ਕਰਨਾ ਹੁੰਦਾ, ਜੀ ਤੇ ਉਹ ਵੀ ਇੱਕ ਐਫਰਟ ਕਰ ਰਹੇ ਹਾਂ ਕਿਉਂਕਿ ਪੇਂਡੂ ਇਲਾਕੇ ਵਿੱਚ ਜਿਹੜੇ ਬੱਚੇ ਨੇ ਉਹਨਾਂ ਨੂੰ ਉਹਦੇ ਲਈ ਟ੍ਰੇਨ ਕਰਦੇ ਹਾਂ, ਤੇ ਮਤਲਬ ਔਰ ਮੈਂ ਖੁਦ ਇੱਕ ਟ੍ਰੇਨਿੰਗ ਦੇ ਤੌਰ ਤੇ ਇੰਜੀਨੀਅਰ ਸੀ, IIT ਖੜਗਪੁਰ ਤੋਂ ਮੈਂ ਇੰਜੀਨੀਅਰਿੰਗ ਕੀਤੀ, ਉਹਦੇ ਕਰਕੇ ਮੈਨੂੰ ਫਿਰ ਯੂਨੀਵਰਸਿਟੀ 'ਚ ਬੁਲਾਇਆ ਗਿਆ, ਤੇ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਕੰਪਿਊਟਰ ਸਾਇੰਸ ਦੀ ਜਿਹੜੀ ਸਾਰੀ ਵਿੱਦਿਆ ਹੈ ਉਹਨੂੰ ਔਰਗਨਾਈਜ਼ ਕੀਤਾ, ਔਰ ਮੈਂ ਉੱਥੋਂ ਐਜ਼ ਪ੍ਰੋਫੈਸਰ ਐਂਡ ਹੈੱਡ ਕੰਪਿਊਟਰ ਸਾਇੰਸ ਰਿਟਾਇਰ ਹੋਇਆ। ਸੋ ਦੋ ਪੱਖ ਚੱਲਦੇ ਰਹੇ ਨਾਲ ਨਾਲ। ਸਾਨੂੰ ਜੀ ਕੁਛ ਜੋ ਖਾਸ ਤੌਰ ਤੇ ਸਾਡੇ ਜੋ ਬੱਚੇ ਆ ਇੱਥੇ, ਉਹਨਾਂ ਨੂੰ ਕੁਛ ਸ਼ਹੀਦ ਭਗਤ ਸਿੰਘ ਜੀ ਸਿਧਾਂਤਾਂ ਬਾਰੇ ਕੁਛ ਦੱਸੋ, ਉਹਨਾਂ ਦੀ ਥਿੰਕਿੰਗ ਕੀ ਸੀ, ਕਿਉਂ ਅਕਸਰ ਆਪਾਂ ਫਿਲਮਾਂ ਦੇਖੀ ਦੀਆਂ, ਕੁਛ ਇੱਧਰ ਪੜ੍ਹੀ ਦਾ, ਕੁਛ ਉੱਧਰ ਪੜ੍ਹੀ ਦਾ, ਕਿਸੇ ਦੀ ਲੱਤ ਫੜ ਲਈ ਦੀ, ਕਿਸੇ ਦੀ ਬਾਂਹ ਫੜ ਲਈ ਦੀ, ਬਟ ਫੁੱਲ ਪਿਕਚਰ ਨਹੀਂ ਮਿਲਦੀ। ਹੁਣ ਤੁਸੀਂ ਤਾਂ ਓਬਵੀਅਸਲੀ ਰਿਲੇਟਡ ਹੋ, ਤਾਂ ਤੁਸੀਂ ਸਾਨੂੰ ਕੁਛ ਉਹਨਾਂ ਦੇ ਜੋ ਵੈਲਿਊਜ਼ ਹੈ ਉਹਨਾਂ ਦੇ ਸਿਧਾਂਤਾਂ ਬਾਰੇ ਦੱਸੋ। ਬਿਲਕੁਲ, ਮੈਂ ਸਮਝਦਾ ਕਿ ਉਹਨਾਂ ਦੀਆਂ ਜਿਹੜੀਆਂ ਲਾਸਟ ਮੁਲਾਕਾਤਾਂ ਨੇ ਆਪਣੇ ਭੈਣਾਂ ਭਰਾਵਾਂ ਨਾਲ 3 ਮਾਰਚ ਨੂੰ ਹੋਈ, ਜੀ ਔਰ ਉਹਦੇ ਵਿੱਚ ਉਹਨਾਂ ਨੇ ਬੜੇ ਸਿੰਪਲ ਸ਼ਬਦਾਂ ਵਿੱਚ ਆਉਣ ਵਾਲੀਆਂ ਸਾਡੀਆਂ ਸਾਰੇ ਨੌਜਵਾਨਾਂ ਲਈ ਸੁਨੇਹਾ ਵੀ ਲੱਭਿਆ, ਕਿਉਂਕਿ ਜਿਹੜੇ 12 ਸਾਲ ਦੇ ਉਹਨਾਂ ਦੇ ਭਰਾ ਸਾਹਿਬ ਕੁਲਤਾਰ ਸਿੰਘ ਸੀ, ਜੀ ਉਹਨਾਂ ਨੂੰ ਕਿਹਾ ਕਿ ਵੀ ਕਾਕਾ 3 ਚੀਜ਼ਾਂ ਨੂੰ ਯਾਦ ਰੱਖੀ, ਮਤਲਬ ਸਿਹਤ ਦਾ ਖਿਆਲ ਰੱਖਣਾ ਜੀ ਔਰ ਹੌਸਲਾ ਛੱਡਣਾ ਨਹੀਂ ਤੇ ਮਿਹਨਤ ਨਾਲ ਪੜ੍ਹਨਾ, ਜਿਹੜੇ ਸਭ ਕੁਝ ਮਤਲਬ ਮੈਂ ਸਮਝਦਾ ਕਿ ਇਹ ਮੂਲ ਗੱਲਾਂ ਨੇ ਜਿਹੜੀਆਂ ਮਤਲਬ ਜਿਹਦੇ ਤੇ ਸਾਰਾ ਕੁਛ ਬਿਲਡ ਹੋ ਸਕਦਾ ਹੈ। ਜੀ ਜਿਹੜੇ ਉਹਨਾਂ ਦੇ 14 ਸਾਲ ਦੇ ਭਰਾ ਕੁਲਵੀਰ ਸਿੰਘ ਸੀ, ਜੀ ਉਹਨਾਂ ਨੂੰ ਇਹ 3 ਗੱਲਾਂ ਦੇ ਨਾਲ ਇੱਕ ਹੋਰ ਕਿਹਾ ਕਿ ਬਈ ਕਿਉਂਕਿ ਆਉਣ ਵਾਲਾ ਵਕਤ ਜਿਹੜਾ ਹੈ ਉਹ ਬੜਾ ਭਾਰੂ ਹੋਏਗਾ, ਜੀ ਤੇ ਤੂੰ ਆਪਣੇ 'ਚ ਵਿਸ਼ਵਾਸ ਪੈਦਾ ਕਰਨ ਲਈ ਹੱਥ ਦਾ ਕੰਮ ਜ਼ਰੂਰ ਸਿੱਖੀ, ਸਿਰਫ ਪੜ੍ਹਨਾ ਹੀ ਨਹੀਂ ਹੱਥ ਦਾ ਕੰਮ ਵੀ ਸਿੱਖਣਾ ਚਾਹੀਦਾ, ਤਾਂ ਕਿ ਤੈਨੂੰ ਆਪਣੇ 'ਚ ਵਿਸ਼ਵਾਸ ਹੋਵੇ ਕਿ ਤੂੰ ਆਪਣਾ ਮਤਲਬ ਵੀ ਗੁਜ਼ਾਰਾ ਕਰ ਸਕਦਾ ਔਰ ਮਦਦ ਵੀ ਕਰ ਸਕਦਾ ਪਿਤਾ ਜੀ ਦੀ। ਮੇਰੇ ਮਦਰ 20 ਸਾਲ ਦੇ ਸੀਗੇ ਜੀ ਔਰ ਉਹ ਖੱਦਰ ਪਾਉਂਦੇ ਸੀ, ਜੀ ਤੇ ਉਹਨਾਂ ਨੂੰ ਉਹਨੇ ਕਿਹਾ ਕਿ ਬੀਬੋ ਬੀਬਾ ਮਤਲਬ ਬੀਬੀ ਜੀ ਕਹਿੰਦੇ ਸੀ ਜੀ ਕਿ ਬੀਬੀ ਸਾਦਗੀ ਤੇ ਬੜੀ ਚੰਗੀ ਗੱਲ ਹੈ ਪਰ ਕੁੜੀਆਂ ਨੂੰ ਵਿਚਾਰਾਂ ਦੀ ਪੁਖਤਗੀ ਚਾਹੀਦੀ ਹੈ, ਜਿਹਦੇ ਉੱਤੇ ਮੇਰੇ ਮਦਰ ਨੇ ਸਾਰੀ ਉਮਰ ਪਹਿਰਾ ਦਿੱਤਾ। ਤੋ ਇੱਕ ਤੇ ਇਹ, ਦੂਸਰਾ ਜਿਹੜਾ ਹੈ ਉਹਨਾਂ ਦਾ ਜਿਹੜਾ ਆਪਾਂ ਥੋੜਾ ਫਿਲੋਸਫੀਕਲ ਆਸਪੈਕਟ ਵਿੱਚ ਮਤਲਬ ਦੋ ਸ਼ਬਦਾਂ ਤੇ ਬਹੁਤ ਜ਼ੋਰ ਦਿੰਦੇ ਨੇ ਜਿਹੜਾ ਅਸੀਂ ਸਰਸਰੀ ਕਈ ਵਾਰੀ ਮਿਸ ਕਰ ਦਿੰਦੇ ਹਾਂ। ਇੱਕ ਤੇ ਉਹਨਾਂ ਦਾ ਸੀ ਕਿ ਵੀ ਮੈਂ ਯਥਾਰਥਵਾਦੀ ਹਾਂ, ਜੀ ਕਿ ਜਿਹੜਾ ਮੇਰਾ ਜਿੱਥੇ ਅਸਲੀਅਤ ਹੈ
ਜਿੰਨਾ ਚਿਰ ਤੱਕ ਤੁਸੀਂ ਉਹਨੂੰ ਨਹੀਂ ਪਹਿਚਾਣਦੇ ਉਹਨਾਂ ਚਿਰ ਤੱਕ ਤੁਸੀਂ ਮਤਲਬ ਉਹਨੂੰ ਬਦਲ ਨਹੀਂ ਸਕਦੇ, ਅਤੇ ਜਿੰਨਾ ਚਿਰ ਉਹ ਬਦਲਦੀ ਨਹੀਂ ਤੁਹਾਡੀ ਹੋਣੀ ਨਹੀਂ ਬਦਲਦੀ, ਕਿਉਂਕਿ ਸਿਸਟਮ ਦੇ ਨਾਲ ਜੁੜਿਆ ਹੋਇਆ। ਦੂਜਾ ਕਹਿੰਦੇ ਬਦਲਣ ਵਾਸਤੇ ਤੁਹਾਨੂੰ ਇੱਕ ਇਨਕਲਾਬੀ ਜਜ਼ਬੇ ਦੀ ਲੋੜ ਹੈ। ਤੋ ਇਹ ਜਿਹੜਾ ਇਨਕਲਾਬੀ ਜਜ਼ਬਾ ਹੈ, ਇਹ ਸ਼ਬਦ ਪਿੱਛੇ ਫਰਾਂਸ ਵਾਲਿਆਂ ਨੇ ਇੱਕ ਰਿਸਰਚ ਸ਼ੁਰੂ ਕੀਤੀ ਕਿ ਫਰੈਂਚ ਰੈਵੋਲਿਊਸ਼ਨ ਤੋਂ ਬਾਅਦ ਦੁਨੀਆ ਵਿੱਚ ਜਿਹੜਾ ਜਜ਼ਬਾ ਇੱਕ ਫਰਾਂਸ ਇਨਕਲਾਬ ਨੇ ਪੈਦਾ ਕੀਤਾ ਸੀ, ਉਹ ਦੁਨੀਆ 'ਚ ਇਹ ਤੋਂ ਬਾਅਦ ਵੀ ਚੱਲਿਆ। ਅਤੇ ਇਹ ਆਪਾਂ ਨੂੰ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਨੇ ਲੈਟਿਨ ਅਮੈਰੀਕਾ ਵਿੱਚੋਂ ਫੀਡਲ ਕੈਸਟਰੋ, ਚੀਗਵੇਰਾ, ਨਿਕਾਰਾ ਗੁਹਾ ਦੇ ਉਹਨਾਂ ਨੂੰ ਪੜ੍ਹਿਆ, ਮਤਲਬ ਮਿਡਲ ਈਸਟ 'ਚੋਂ ਵੀ ਪੜ੍ਹਿਆ, ਈਰਾਨ ਦੇ ਵਿੱਚ ਖਾਸ ਤੌਰ 'ਤੇ ਜਿਹੜੀਆਂ ਤਬਦੀਲੀਆਂ ਸੀ, ਔਰ ਪਰ ਉਹਨਾਂ ਨੇ ਅਖੀਰ 'ਤੇ ਯੂਨਾਨੀ ਮਸਲੀ ਇਹ ਕਿਹਾ ਕਿ ਭਗਤ ਸਿੰਘ ਉਸ ਇਨਕਲਾਬੀ ਜਜ਼ਬੇ ਦਾ ਸਭ ਤੋਂ ਵਧੀਆ ਪ੍ਰਤੀਕ ਹੈ, ਔਰ ਉਹ ਟਾਈਟਲ 'ਤੇ ਲੈ ਆਏ ਰੈਵੋਲਿਊਸ਼ਨਰੀ ਪੈਸ਼ਨ ਕਰਕੇ ਕਿਤਾਬ ਹੈ ਜਿਹੜੀ ਫਰੈਂਚ ਵਿੱਚ ਛਪੀ। ਤੋ ਇਹ ਜਿਹੜੀ ਰੈਕਗਨੀਸ਼ਨ ਹੈ ਮਤਲਬ ਉਹਨਾਂ ਦੇ ਗੁਣਾਂ ਦੀ, ਔਰ ਖਾਸ ਤੌਰ 'ਤੇ ਨੌਜਵਾਨਾਂ ਲਈ ਉਹਨਾਂ ਦਾ ਇਹ ਹੈ ਕਿ ਵੀ ਤੁਹਾਨੂੰ ਆਪਣੇ ਆਪ ਵਿੱਚ ਵਿਸ਼ਵਾਸ ਪੈਦਾ ਕਰਨਾ ਚਾਹੀਦਾ। ਕਈ ਵਾਰ ਅਸੀਂ ਮਤਲਬ ਜਿਹੜੀਆਂ ਹੋਰ ਬਹਿਸਾਂ ਨੇ ਉਹਨਾਂ 'ਚ ਪੈ ਜਾਂਦੇ ਹਾਂ, ਕਿਉਂਕਿ ਉਹਨਾਂ ਦਾ ਜਿਹੜਾ ਹੈ ਉਹ ਮਤਲਬ ਇੱਕ ਦੂਜੇ ਨਾਲ ਵਿਚਾਰਾਂ ਦਾ ਵਟਾਂਦਰਾ ਹੈ, ਔਰ ਉਹਦੇ 'ਚ ਕਈ ਵਾਰੀ ਤੁਸੀਂ ਜਰਨਲਿਸਟਿਕਲੀ ਤੋੜ ਕੇ ਗੱਲ ਕਰਦੇ ਹੋ, ਲੇਕਿਨ ਜੇ ਮੂਲ ਫੜਨਾ ਹੋਵੇ ਉਹਦਾ ਤਾਂ ਉਹਦੇ 'ਚ ਦੋ ਉਹਨਾਂ ਦੇ ਸ਼ੁਰੂ 'ਚ ਹੀ ਉਹਨਾਂ ਨੇ ਇੱਕ ਗੱਲ ਦੇ ਉੱਤੇ ਮਤਲਬ ਜ਼ਿਆਦਾ ਐਮਫਸਿਸ ਦਿੱਤਾ ਕਿ ਆਪਣੀ ਜ਼ਬਾਨ ਵਿੱਚ ਹੀ ਤੁਸੀਂ ਤਜਰਬਾ ਕਰ ਸਕਦੇ ਹੋ, ਕਿਉਂਕਿ ਉਹਦਾ ਔਰ ਪੰਜਾਬੀਆਂ ਦਾ ਪ੍ਰੋਬਲਮ ਇਹ ਰਹੀ ਕਿ ਪੰਜਾਬੀ ਜ਼ਬਾਨ ਜਿਹੜੀ ਹੈ ਅਸੀਂ ਲੜਾਈਆਂ ਝਗੜਿਆਂ 'ਚ ਜ਼ਿਆਦਾ ਰਹੇ ਮਤਲਬ ਲੜਾਈਆਂ, ਲੇਕਿਨ ਅਸੀਂ ਆਪਣੀ ਜ਼ਬਾਨ ਨੂੰ ਉਹ ਮਿਆਰ ਨਹੀਂ ਦਿੱਤਾ। ਤੋ ਉਹਨਾਂ ਦੀ ਬਹੁਤ ਪਹਿਲਾਂ ਦੀ ਮਤਲਬ ਇਹ ਸੀਗਾ। ਫਿਰ ਉਹਨਾਂ ਦਾ ਜਿਹੜਾ ਹੈ ਕਿ ਵੀ ਜਦੋਂ ਉਹਨਾਂ ਨੌਜਵਾਨ ਭਾਰਤ ਸਭਾ ਬਣਾਈ ਤੇ ਉਹਨਾਂ ਦੇ ਸਾਹਮਣੇ ਉਹ ਕਹਿੰਦੇ ਵੀ ਸਭ ਤੋਂ ਵੱਡਾ ਸਵਾਲ ਹੈ ਕਿ ਜਦੋਂ ਮਤਲਬ ਇੱਕ ਅੰਗਰੇਜ਼ ਦਾ ਰਾਜ ਹੈ ਤੇ ਉਹਨੇ ਸਮਾਜ ਵਿੱਚ ਕੀ ਪ੍ਰੋਬਲਮ ਖੜੀ ਕੀਤੀ ਹੈ, ਹੱਲ ਉਹਦਾ ਨਿਕਲਣਾ, ਮਤਲਬ ਰਾਜ ਬਦਲਣ ਨਾਲ ਨਹੀਂ। ਉਹਨਾਂ ਨੇ ਵਰਡ ਬਹੁਤ ਵਧੀਆ ਯੂਜ਼ ਕਰਦੇ ਸੀ ਕਿ ਇੱਕ ਰਾਜ ਪਲਟਾਊ ਲਹਿਰਾਂ ਹੁੰਦੀਆਂ ਨੇ, ਇੱਕ ਯੁੱਗ ਪਲਟਾਊ ਲਹਿਰਾਂ ਹੁੰਦੀਆਂ ਨੇ। ਕਹਿੰਦੇ ਯੁੱਗ ਪਰ ਲਹਿਰਾਂ ਉਹ ਨੇ ਜਿਹੜੀਆਂ ਨਵੇਂ ਵਿਚਾਰਾਂ ਨੂੰ ਔਰ ਉਹਦੇ 'ਤੇ ਜਿਹੜਾ ਮੂਲ ਕਾਰਨ ਹੈ ਉਹਦੇ ਹੱਲ ਲਈ ਕੰਮ ਕਰਦੀਆਂ ਨੇ। ਤੇ ਉਦੋਂ ਉਹਨਾਂ ਨੇ ਮਤਲਬ ਉਸ ਗੱਲ ਨੂੰ ਮਤਲਬ ਮੈਂ ਸਮਝਦਾ ਕਿ ਅੱਜ ਜੇ ਆਪਾਂ ਬਰੀਫਲੀ ਦੇਖਣਾ ਹੋਵੇ ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਪਰ ਇਹਦਾ ਜਿਹੜਾ ਕਿ ਨੌਜਵਾਨ ਉਹ ਹੀ ਕਰ ਸਕਣਗੇ ਜਿਹੜੇ ਨੌਜਵਾਨ ਆਪਣੇ ਵਿੱਚ ਸਵੈ ਵਿਸ਼ਵਾਸ ਰੱਖਦੇ ਹੋਣਗੇ। ਤੁਸੀਂ ਕਿਸੇ ਕਿਸਮ ਦੀ ਵੀ ਡੰਗੋਰੀ ਲੈ ਕੇ ਚੱਲੋਗੇ ਤੇ ਫਿਰ ਜਦੋਂ ਵਕਤ ਆਏਗਾ ਉਦੋਂ ਤੁਹਾਡਾ ਭਾਰ ਡੰਗੋਰੀ ਤੇ ਪੈ ਜਾਣਾ ਤੇ ਤੁਸੀਂ ਆਪਣੇ ਪੈਰਾਂ ਤੇ ਨਹੀਂ ਰਹਿਣਾ। ਤੋ ਇਹ ਜਿਹੜਾ ਹੈ ਔਰ ਹਰ ਚੀਜ਼ ਔਰ ਬਹੁਤ ਹੀ ਇੱਕ ਖੂਬਸੂਰਤ ਉਹਨਾਂ ਦੀ ਜਿਹੜੀ ਉਕਤੀ ਉਹਨਾਂ ਨੇ ਗਾਂਧੀ ਤੇ ਕੀਤੀ ਸੀ, ਮੈਂ ਸਮਝਦਾ ਉਹਦੇ 'ਚ ਬਹੁਤ ਕੁਛ ਸਮਾਇਆ ਹੋਇਆ। ਉਹ ਆਪਣੇ ਸਾਥੀਆਂ ਨੂੰ ਕਹਿੰਦੇ ਵੀ ਗਾਂਧੀ ਇਜ਼ ਅ ਫਿਲੈਂਥ੍ਰੋਪਿਸਟ, ਮਤਲਬ ਭਲਾ ਚਾਹੁਣ ਵਾਲਾ ਬੰਦਾ ਹੈ ਪਰ ਫਿਲੈਂਥ੍ਰੋਪੀ ਡਜ਼ਨਟ ਬ੍ਰਿੰਗ ਐਨੀ ਸੋਸ਼ਲ ਚੇਂਜ। ਯੈਸ, ਕਿ ਦਾਨ ਦੇ ਕੇ ਦਾਨ ਪਾਤਰ ਬਣਾਉਣ ਨਾਲ ਕੋਈ ਗੱਲ ਨਹੀਂ ਹੁੰਦੀ, ਬਟ ਯੂ ਨੀਡ ਏ ਸਾਇੰਟੀਫਿਕਲੀ ਓਰੀਐਂਟਡ ਏ ਸੋਸ਼ਲ ਡਾਇਨਾਮਿਕ ਫੋਰਸ। ਔਰ ਉਹ ਜਿਹੜੀ ਸਾਇੰਟੀਫਿਕਲੀ ਓਰੀਐਂਟਡ ਸੋਸ਼ਲ ਡਾਇਨਾਮਿਕ ਫੋਰਸ ਹੈ ਵੀ ਉਹਦੇ ਨਾਲ ਸਮਾਜ ਅੱਗੇ ਵਧਦਾ। ਤੀਸਰੀ ਗੱਲ ਜਿਹੜੀ ਬਹੁਤ ਹੀ ਖੂਬਸੂਰਤ ਉਹਨਾਂ ਨੇ ਆਪਣੇ ਬਿਆਨ 'ਚ ਕਹੀ ਕਿ ਵੀ ਅਸੀਂ ਵੀ ਹੰਬਲੀ ਸਬਮਿਟ ਟੂ ਬੀ ਸੀਰੀਅਸ ਸਟੂਡੈਂਟ ਆਫ ਹਿਸਟਰੀ, ਕੰਡੀਸ਼ਨਸ ਆਫ ਅਵਰ ਪੀਪਲ ਐਂਡ ਦੇਅਰ ਐਸਪਾਇਰੇਸ਼ਨ। ਤੋ ਇਹ ਜਿਹੜੀ ਡੈਫੀਨੇਸ਼ਨ ਹੈ ਕਿ ਵੀ ਤੁਸੀਂ ਇਤਿਹਾਸ ਨੂੰ ਚੰਗੀ ਤਰ੍ਹਾਂ ਗਹਿਰੇ ਤੌਰ 'ਤੇ ਪੜ੍ਹਿਆ ਕਿ ਇਤਿਹਾਸ ਦਾ ਕਿੱਦਾਂ ਹੈ, ਕਿਹੜੀਆਂ ਚੀਜ਼ਾਂ ਕਿਹੜੀ ਤਾਕਤਾਂ ਕੰਮ ਕਰਦੀਆਂ ਨੇ ਔਰ ਕਿਵੇਂ ਉਹਦਾ ਹੁੰਦਾ, ਔਰ ਅੱਜ ਦੀਆਂ ਹਾਲਾਤ ਜਿਹੜੇ ਨੇ ਉਹਨੂੰ ਤੁਸੀਂ ਸਿਰਫ ਆਪਣੇ ਹਾਲਾਤਾਂ ਨੂੰ ਨਹੀਂ ਸਮਝਦੇ, ਪੂਰੀ ਦੁਨੀਆ ਦੇ ਵਿੱਚ ਸਮਝਦੇ ਹੋ ਕਿ ਉੱਦਾਂ ਦੇ ਹਾਲਾਤਾਂ ਨੂੰ ਬਦਲਣ ਵਾਸਤੇ ਕੀ ਲੋਕਾਂ ਨੇ ਕੋਸ਼ਿਸ਼ਾਂ ਕੀਤੀਆਂ ਨੇ ਔਰ ਉਹਦੇ ਵਿੱਚੋਂ ਤੁਸੀਂ ਕੀ ਸਿੱਖ ਸਕਦੇ ਹੋ। ਔਰ ਫਿਰ ਇਹ ਹੁੰਦਾ ਕਿ ਲੋਕਾਂ ਦੀ ਇੱਕ ਛੋਟੀ ਜਿਹੀ ਆਪਣੀ ਪ੍ਰੋਬਲਮ ਵਾਸਤੇ ਉਹਨਾਂ ਦੀਆਂ ਇੱਕ ਜਿਹੜੀਆਂ ਨੇ ਮਤਲਬ ਇਸ਼ਾਵਾਂ ਹੁੰਦੀਆਂ ਨੇ, ਜਾਂ ਹੁੰਦਾ ਕਿ ਸਾਨੂੰ ਅਸੀਂ ਆਹ ਜਿੱਦਾਂ ਹੁਣ ਆਪਾਂ ਕਿਸਾਨ ਮੂਵਮੈਂਟ ਵਿੱਚ ਦੇਖਦੇ ਹਾਂ। ਔਰ ਜਿਹੜੀ ਮਤਲਬ ਜਿਹੜੀ ਸਭ ਤੋਂ ਖੂਬਸੂਰਤ ਗੱਲ ਹੈ ਕਿ 2 ਫਰਵਰੀ ਨੂੰ ਉਹ ਇੱਕ ਪ੍ਰੋਗਰਾਮ ਲਿਖਦੇ ਨੇ ਜੀ। 2 ਫਰਵਰੀ ਨੂੰ ਇਸ ਕਰਕੇ ਲਿਖਿਆ ਕਿਉਂਕਿ 26 ਜਨਵਰੀ ਸੰਪੂਰਨ ਆਜ਼ਾਦੀ ਦਿਵਸ ਗਿਣਿਆ ਜਾਂਦਾ ਸੀ ਔਰ 1930 ਮਤਲਬ ਆਹ ਜਿਹੜੀ ਜਿੱਦਾਂ ਅੱਜ ਕੱਲ੍ਹ ਡੰਡੀ ਮਾਰਚ ਦੀ ਗੱਲ ਚੱਲਦੀ ਹੈ, ਮਈ 1930 ਚ ਗਾਂਧੀ ਨੂੰ ਫੜ ਕੇ ਜੇਲ੍ਹ 'ਚ ਦੇ ਦਿੱਤਾ ਔਰ 26 ਜਨਵਰੀ 1931 ਨੂੰ ਛੱਡਿਆ। ਮੈਨੂੰ ਲੱਗਾ ਕਿ ਭਗਤ ਸਿੰਘ ਨੂੰ ਇਮੀਡੀਏਟਲੀ ਲੱਗਾ ਕਿ ਮੈਂ ਸਾਨੂੰ ਹੁਣ ਆਪਣੀ ਪਾਰਟੀ ਦਾ ਵਿਚਾਰ ਕਲੀਅਰ ਕਰਨੇ ਚਾਹੀਦੇ ਨੇ। ਔਰ ਉਹ ਬਹੁਤ ਹੀ ਔਰ ਉਹਦੇ 'ਚ ਜਿਹੜੀ ਸਭ ਤੋਂ ਖੂਬਸੂਰਤ ਚੀਜ਼ ਹੈ
ਕਿ ਵੀ ਸੰਪੂਰਨ ਆਜ਼ਾਦੀ ਦਾ ਮਤਾ ਪੈਣ ਨਾਲ ਲੋਕਾਂ ਦੀ ਸੰਪੂਰਨ ਆਜ਼ਾਦੀ ਨਹੀਂ ਮਿਲਦੀ, ਉਹਦੇ ਕੁਛ ਠੋਸ ਕੰਮ ਹੋਣੇ ਚਾਹੀਦੇ ਨੇ। ਔਰ ਉਹ ਠੋਸ ਕੰਮ ਉਹਨਾਂ ਨੇ ਉਦੋਂ ਲਿਖੇ ਆਪਣੇ 2 ਫਰਵਰੀ 1931 ਨੂੰ ਜੇਲ੍ਹ ਵਿੱਚੋਂ, ਕਿ ਉਹ ਠੋਸ ਕੰਮ ਕੀ ਨੇ ਕਿ ਵੀ ਖੇਤੀ ਵਿੱਚੋਂ ਅਜਾਰੇਦਾਰੀ ਖਤਮ ਹੋਣੀ ਚਾਹੀਦੀ ਹੈ, ਜਿਹੜੀ ਉਸ ਵੇਲੇ ਜਾਗੀਰਦਾਰੀ ਸੀ, ਹੁਣ ਕਾਰਪੋਰੇਟ ਦਾ ਇਫੈਕਟ ਅਸੀਂ ਉਸ ਉਹ ਚੱਲ ਰਿਹਾ। ਫਿਰ ਉਹਨੇ ਕਿਹਾ ਕਿ ਕਿਸਾਨਾਂ ਦੇ ਕਰਜ਼ੇ ਜਿਹੜੇ ਨੇ ਉਹ ਮਾਫ਼ ਹੋਣੇ ਚਾਹੀਦੇ ਨੇ, ਕਿਉਂਕਿ ਕਰਜ਼ਾ ਕਿਸਾਨ ਦੀ ਆਪਣੀ ਹੋਣੀ ਨਹੀਂ ਹੈ, ਉਹ ਸਿਸਟਮ ਉਹਦੇ ਤੇ ਲਾਗੂ ਕਰਦਾ। ਜਿੱਦਾਂ ਹੁਣ ਵੀ ਜਿਹੜਾ ਹੈ ਕਿ ਵੀ ਖਰਚ ਕਰ ਰਹੇ ਹੋ, ਅਗਰ ਤੁਹਾਨੂੰ ਉਹ ਵੀ ਵਾਪਸ ਨਹੀਂ ਮਿਲਿਆ ਤੇ ਫਿਰ ਤੁਸੀਂ ਕਰਜ਼ੇ ਚ ਹੋਵੋਗੇ। ਔਰ ਜਿਹੜਾ ਅਸੀਂ ਪੰਜਾਬ ਦਾ ਕਹਿੰਦੇ, ਮੈਨੂੰ ਆਪਣਾ ਪਤਾ ਕਿ ਮੇਰੇ ਬ੍ਰਦਰ ਜਦੋਂ ਇੱਥੇ ਆਏ ਤੇ ਉਹਨਾਂ ਦੇ ਪਹਿਲੀ ਗਿਫਟ ਜਿਹੜੀ ਦਿੱਤੀ ਆਪਣੀ ਬੱਚਤ ਵਿੱਚੋਂ ਉਹ ਟਰੈਕਟਰ ਸੀ। ਮੈਂ ਕਿਹਾ ਜੇ ਉਹ ਟਰੈਕਟਰ ਅਸੀਂ ਕਰਜ਼ੇ ਤੇ ਲਿਆ ਹੁੰਦਾ ਤੇ ਫਿਰ ਉੱਥੇ ਕੁਛ ਨਹੀਂ ਸੀ ਬਣਨਾ। ਲੇਕਿਨ ਇਹ ਜਿਹੜੀਆਂ ਇਨਪੁਟਸ ਨੇ, ਔਰ ਸਾਰੇ ਪੰਜਾਬ ਵਿੱਚ ਸਾਰਿਆਂ ਨੇ, ਕਿਉਂਕਿ ਪਿੰਡ ਆਪਾਂ ਹੁਣ ਵੀ ਪਿੰਡ ਦੇ ਬਾਰੇ ਚ ਮਹਿਸੂਸ ਕਰਦੇ ਹਾਂ, ਇੱਥੇ ਜਿਹੜਾ ਆਇਆ ਉਹ ਵੀ ਪਿੰਡ ਦੇ ਨਾਲ ਜੁੜਿਆ ਰਿਹਾ, ਔਰ ਉਹਨੇ ਆਪਣੀ ਸੇਵਿੰਗ ਜਿਹੜੀ ਹੈ ਉੱਥੇ ਇਨਵੈਸਟ ਕੀਤੀ ਤਾਂ ਕਿ ਉੱਥੇ ਦੇ ਹਾਲਤ ਵੀ ਬਦਲ ਸਕਣ। ਤੋ ਇਹ ਇਹ ਜਿਹੜਾ ਉਹਨਾਂ ਦਾ ਪ੍ਰੋਗਰਾਮ ਹੈ ਕਿ ਵੀ ਫਿਰ ਉਹ ਤੇ ਬਾਅਦ ਕਹਿੰਦੇ ਨੇ ਕਿ ਵੀ ਇੱਕ ਜਦੋਂ ਆਪਣਾ ਯੁੱਗ ਆਏਗਾ ਉਦੋਂ ਆਪਾਂ ਖੇਤੀ ਨੂੰ ਮਤਲਬ ਉੱਤਮ ਤਰੀਕੇ ਨਾਲ ਚਲਾਵਾਂਗੇ, ਸਾਂਝੀਵਾਲਤਾ ਨਾਲ ਚਲਾਵਾਂਗੇ। ਔਰ ਮਤਲਬ ਮੈਂ ਸਮਝਿਆ ਕਿ ਅੱਜ ਜਿਹੜੀ ਕਿਸਾਨ ਮੂਵਮੈਂਟ ਹੈ, ਮੈਂ ਉੱਥੇ ਵੀ ਮੈਂ ਕਿਹਾ ਅੱਜ ਤੁਸੀਂ ਐਕਚੁਲੀ ਭਗਤ ਸਿੰਘ ਦਾ ਜਾਣੇ ਅਣਜਾਣੇ ਵਿੱਚ ਅਸੀਂ ਭਗਤ ਸਿੰਘ ਦਾ ਜਿਹੜਾ ਏਜੰਡਾ ਹੈ ਉਹਨੂੰ ਟੇਬਲ ਤੇ ਰੱਖ ਕੇ ਬੈਠੇ ਹੋਏ ਹਾਂ ਕਿ ਸਾਨੂੰ ਘੱਟੋ ਘੱਟ ਤੇ ਮਤਲਬ ਤੁਸੀਂ ਕੋਈ ਵੀ ਧੰਦਾ ਹੈ ਉਹ ਮਤਲਬ ਘਾਟੇ ਦਾ ਧੰਦਾ ਨਹੀਂ ਹੋਣਾ ਚਾਹੀਦਾ, ਔਰ ਖਾਸ ਤੌਰ ਤੇ ਜਿਹੜਾ ਖੁਰਾਕ ਨਾਲ ਜੁੜਿਆ ਹੋਇਆ ਧੰਦਾ ਹੈ, ਕਿਉਂਕਿ ਖੁਰਾਕ ਜਿਹੜੀ ਹੈ ਉਹ ਜੀਵਨ ਦਾਤਾ ਹੈਗੀ ਹੈ। ਤੇ ਜੇ ਤੁਸੀਂ ਖੁਰਾਕ ਨੂੰ, ਔਰ ਉਹਦੇ ਵਿੱਚ ਡੈਫੀਨੇਟਲੀ ਵਰਲਡ ਵਿੱਚ 2 ਤਾਕਤਾਂ ਦਾ ਟਕਰਾਅ ਹੈ, ਇੱਕ ਨੇ ਜਿਹੜੇ ਜਿਹਨਾਂ ਕੋਲ ਸਰਪਲਸ ਹੈਗੀ ਹੈ ਉਹ ਮਤਲਬ ਦੂਜਿਆਂ ਨੂੰ ਨਿਰਭਰ ਕਰਨਾ ਚਾਹੁੰਦੇ ਨੇ, ਇੱਕ ਬੰਨੇ ਹੈ ਕਿ ਤੁਸੀਂ ਆਪਣੇ ਲੋਕਾਂ ਨੂੰ ਮਜ਼ਬੂਤ ਕਰਕੇ ਮਤਲਬ ਕਰੋ। ਤੋ ਮੈਨੂੰ ਲੱਗਾ ਕਿ ਵੀ ਅੱਜ ਭਗਤ ਸਿੰਘ ਵਾਕਈ ਮਤਲਬ ਆਪਣੀ ਪੂਰੀ ਮਤਲਬ ਉਹ ਜਿਹੜੀ ਗੱਲ ਉਹਨਾਂ ਨੇ ਉਦੋਂ ਕਹੀ ਔਰ ਜਿਹੜਾ ਭਵਿੱਖ ਵਾਸਤੇ ਕਿਹਾ ਉਹ ਉਹਦਾ ਉੱਤੇ ਅੱਜ ਨਜ਼ਰਸਾਨੀ ਹੋ ਰਹੀ, ਉਹ ਜਿਵੇਂ ਨੌਜਵਾਨ ਔਰ ਸਾਰੇ ਹੀ ਆਪਣੀ ਔਰ ਜਿਸ ਦ੍ਰਿੜਤਾ ਨਾਲ ਔਰ ਜਿਸ ਮਤਲਬ ਉਹਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਮਤਲਬ ਇੰਨੇ ਦਿਨਾਂ ਤੋਂ ਚਲਾਇਆ ਜਾ ਰਿਹਾ, ਉਹ ਭਗਤ ਸਿੰਘ ਦਾ ਹੀ ਕਹਿਣਾ ਸੀ ਕਿ ਵੀ ਨੌਜਵਾਨਾਂ ਨੂੰ ਜੋਸ਼ ਦੇ ਨਾਲ ਹੋਸ਼ ਰੱਖਣਾ ਚਾਹੀਦਾ ਔਰ ਕਦੀ ਉਹ ਮਤਲਬ ਉਕਸਾਹਟ ਚ ਨਹੀਂ ਆਉਣਾ ਚਾਹੀਦਾ, ਸਾਨੂੰ ਲਗਾਤਾਰ ਸੋਚ ਕੇ ਅੱਗੇ ਚੜ੍ਹਨਾ ਚਾਹੀਦਾ। ਜਿਹਦੇ ਚ ਮੈਂ ਸਮਝਦਾ ਕਿ ਇਹ ਅੱਜ ਅਗਰ ਅਸੀਂ ਨੌਜਵਾਨ ਇਹ ਚੀਜ਼ ਨੂੰ ਕਿ ਬਣਨਾ, ਅਗਰ ਅਸੀਂ ਕੰਟਰੀਬਿਊਟ ਕਰਨਾ ਹੈ ਤੇ ਸਾਨੂੰ ਆਪਣੇ ਆਪ ਚ ਵਿਸ਼ਵਾਸ ਪੈਦਾ ਕਰਨਾ ਚਾਹੀਦਾ, ਔਰ ਵਿਸ਼ਵਾਸ ਸਮਝਦਾਰੀ ਬਣਾਉਣ ਨਾਲ ਆਉਂਦਾ ਹੈ, ਸਮਝਦਾਰੀ ਪੜ੍ਹਨ ਨਾਲ ਆਉਂਦੀ ਹੈ। ਤਾਂ ਹੀ ਭਗਤ ਸਿੰਘ ਨੇ ਮਤਲਬ 300 ਕਿਤਾਬਾਂ ਜਿਹੜੀਆਂ ਨੇ ਉਹ ਉਹਨਾਂ ਦੀ ਲਿਸਟ ਮੈਂ ਕਰ ਸਕਿਆ ਜਿਹੜੀਆਂ ਉਹਨਾਂ ਨੇ ਵਕਤ ਤੇ ਪੜ੍ਹੀਆਂ। ਔਰ ਉਹਨਾਂ ਨੂੰ ਇਹਨਾਂ ਚਾਹ ਸੀ ਕਿ ਉਹ ਅਗਰ ਕਾਨਪੁਰ ਗਏ ਤੇ ਉਹਨਾਂ ਦੇ ਸਾਥੀ BK ਦੱਤ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਬੰਗਾਲੀ ਸਿੱਖੀ ਤਾਂ ਕਿ ਬੰਗਾਲੀ ਇਨਕਲਾਬੀਆਂ ਨੂੰ ਦੇ ਤਜਰਬੇ ਉਹ ਡਾਇਰੈਕਟਲੀ ਪੜ੍ਹ ਸਕਣ, ਉਹਦੇ ਲਿਟਰੇਚਰ ਨੂੰ ਪੜ੍ਹ ਸਕਣ। ਤੇ ਇਹ ਜਿਹੜੀ ਮਤਲਬ ਔਰ ਉਸੇ ਕਰਕੇ ਜਿਹੜਾ ਮਿਹਨਤ ਨਾਲ ਪੜ੍ਹਨਾ ਇਤਿਹਾਸ ਨੂੰ ਮਤਲਬ ਸਮਝਣਾ, ਔਰ ਕਿਉਂਕਿ ਨਵੇਂ ਹਾਲਾਤਾਂ ਵਿੱਚ ਤੁਹਾਨੂੰ ਨਵੀਂ ਤਰ੍ਹਾਂ ਸੋਚਣਾ ਪੈਂਦਾ, ਔਰ ਉਹਨਾਂ ਨੇ ਉਦੋਂ ਜਿਹੜੇ ਲਹਿਰ ਦਾ ਮਤਲਬ ਇੱਕ ਦਿੱਤਾ ਜਿਹਨੂੰ ਉਹਨਾਂ ਨੇ ਕਿਹਾ ਕਿ ਅਸੀਂ ਤੇ ਸਿਰਫ ਵੈਨਗਾਰਡ ਸੀਗੇ, ਮਤਲਬ ਪੂਰੀ ਆਜ਼ਾਦੀ ਦੀ ਲਹਿਰ ਨੂੰ ਇੱਕ ਦਿਸ਼ਾ ਦੇ ਕੇ ਅਸੀਂ ਡਿਸਅਪੀਅਰ ਹੋ ਜਾਵਾਂਗੇ। ਔਰ ਉਹਦੇ ਵਿੱਚ ਹੀ ਉਹਨਾਂ ਨੇ ਇੱਕ ਜਿਹੜਾ ਲਾਸਟ ਸ਼ੇਅਰ ਲਿਖਿਆ ਸੀ ਕਿ ਮੇਰੀ ਹਵਾ ਮੇ ਰਹੇਗੀ ਖਿਆਲ ਕੀ ਬਿਜਲੀਆਂ, ਜੇ ਮੁਸ਼ਤੇ ਖਾਕ ਹੈ ਫਾਨੀ ਰਹੇ ਰਹੇ ਜਾਂ ਨਾ ਰਹੇ। ਜਾਂ ਬਹੁਤ ਹੀ ਵਧੀਆ ਉਹਨਾਂ ਦਾ ਕਿ ਉਹਨਾਂ ਨੇ ਭੁੱਖ ਹੜਤਾਲ ਕਾਹਦੇ ਲਈ ਕੀਤੀ, ਤਾਂ ਕਿ ਸਾਨੂੰ ਪੜ੍ਹਨ ਲਿਖਣ ਦਾ ਹੱਕ ਮੇਰੇ ਸਾਥੀਆਂ ਨੂੰ ਮਿਲੇ, ਕਿਉਂਕਿ ਅਸੀਂ 20-21 ਸਾਲ ਦੇ ਨੌਜਵਾਨ ਹਾਂ, ਤੇ ਜੇ ਤੁਸੀਂ ਜੇਲ੍ਹਾਂ 'ਚ ਪਾ ਕੇ ਰੱਖੋਗੇ ਤੇ ਜਦੋਂ ਅਸੀਂ ਬਾਹਰ ਨਿਕਲਾਂਗੇ ਤੇ ਅਸੀਂ ਤੇ ਬਿਲਕੁਲ ਉਜੜ ਹੋਵਾਂਗੇ। ਤੋ ਇਸ ਕਰਕੇ ਭੁੱਖ ਹੜਤਾਲ ਕੀਤੀ, ਔਰ ਉਹਦੇ 'ਚ ਉਹਨਾਂ ਨੇ ਔਰ ਉਹ ਜਿਹੜੀ ਨੋਟਬੁੱਕ ਮਿਲੀ ਉਹਦੇ 'ਤੇ ਇੱਕ ਸ਼ੇਰ ਜਿਹੜਾ ਉਹਨਾਂ ਨੇ ਲਿਖਿਆ ਕਿ ਕੁਰੇ ਖਾਕ ਹੈ ਗਰਦਿਸ਼ ਮੇ ਤਪਿਸ਼ ਸੇ ਮੇਰੀ, ਮੈਂ ਉਹ ਮਜਨੂੰ ਹੂੰ ਜੋ ਜ਼ਿੰਦਾ ਮੇ ਵੀ ਆਜ਼ਾਦ ਰਹਾ, ਕਿ ਜਿਵੇਂ ਇੱਕ ਕਣਕੇ ਵਿੱਚ ਐਟੋਮਿਕ ਐਨਰਜੀ ਹੈ ਉਹ ਮੇਰੇ ਅੰਦਰ ਹੈ, ਤੇ ਇਸ ਕਰਕੇ ਮੈਂ ਜੇਲ੍ਹ ਵਿੱਚ ਵੀ ਆਜ਼ਾਦ ਹੈਗਾ। ਆਜ਼ਾਦ ਹੋਣ ਦਾ ਮਤਲਬ ਹੈ ਕਿ ਮੈਂ ਆਪਣੀ ਇੱਛਾ ਨਾਲ ਪੜ੍ਹ ਸਕਦਾ, ਲਿਖ ਸਕਦਾ, ਔਰ ਇਸੇ ਕਰਕੇ ਬਹੁਤ ਸਾਰਾ ਕ੍ਰੀਏਟਿਵ ਵਰਕ ਉਹਨਾਂ ਨੇ ਜੇਲ੍ਹ 'ਚ ਬਹਿ ਕੇ ਵੀ ਕਰ ਲਿਆ, ਔਰ ਆਪਣੇ ਸਾਥੀਆਂ ਨਾਲ ਨੂੰ ਉਹਨਾਂ ਨੇ ਉਤਸ਼ਾਹਿਤ ਕੀਤਾ। ਔਰ ਇੱਕ ਆਖਰੀ ਗੱਲ ਜਿਹੜੀ ਹੈ ਕਿ ਮਤਲਬ ਇਹ ਗੱਲ ਸਾਨੂੰ ਬੱਚਿਆਂ ਨੂੰ ਸਮਝਣੀ ਚਾਹੀਦੀ ਹੈ ਕਿ ਭਗਤ ਸਿੰਘ ਨੂੰ ਕਦੀ ਕਿਸੇ ਪੁਲਿਸ ਨੇ ਨਹੀਂ ਫੜਿਆ,
ਮਤਲਬ ਉਹ 6 ਮਹੀਨੇ ਤੱਕ ਸਾਰਾ ਸਕਾਟਲੈਂਡ ਯਾਰਡ ਵੀ ਨਹੀਂ ਲੱਭ ਸਕਿਆ ਕਿ ਜੋ ਲਾਹੌਰ ਵਿੱਚ ਸਾਂਡਰਸ ਦਾ ਹੋਇਆ ਸੀ ਕੌਣ ਸੀ। ਲੇਕਿਨ ਇਹ 21.5 ਸਾਲ ਦੇ ਭਗਤ ਸਿੰਘ ਔਰ ਉਹਨਾਂ ਦੇ ਬੀਕੇ ਦੱਤ 18.5 ਸਾਲ ਦੇ ਦੋ ਨੌਜਵਾਨ ਜਿਹੜੇ ਨੇ ਉਹ ਸਿੱਧੇ ਬ੍ਰਿਟਿਸ਼ ਸਾਮਰਾਜਵਾਦ ਨਾਲ ਡਿਬੇਟ ਕਰਨ ਲਈ ਉਹਦੇ ਮਤਲਬ ਪਾਰਲੀਮੈਂਟ ਹਾਊਸ ਜਾਂਦੇ ਨੇ। ਔਰ ਮੈਂ ਕਿਹਾ ਉਹਨਾਂ ਨੇ ਚੱਕਰ ਵੀ ਤੋੜਿਆ ਹੀ ਨਹੀਂ, ਉਹਨਾਂ ਨੇ ਪੂਰਾ ਉਹਦਾ ਜਿਹੜਾ ਮਤਲਬ ਜਿਹੜੀ ਜਿਸ ਪਲ ਦੇ ਉੱਤੇ ਉਹ ਚੱਲ ਰਿਹਾ ਸੀ ਉਹਨੂੰ ਸਾਰੇ ਨੂੰ ਹੀ ਟਕਰਾਇਆ। ਜੇਲ੍ਹਾਂ ਦੀ ਮਤਲਬ ਉਹ ਸਖਤੀ ਖਤਮ ਹੋ ਗਈ, ਅਦਾਲਤਾਂ ਦਾ ਜਿਹੜਾ ਹੈ ਉਹ ਹੋ ਗਿਆ। ਔਰ ਈਵਨ ਮੈਂ ਜਦੋਂ ਇੱਥੇ ਬ੍ਰਿਟਿਸ਼ ਲਾਇਬ੍ਰੇਰੀ 'ਚ ਥੋੜ੍ਹੇ ਦੇਖ ਰਿਹਾ ਸੀ ਕਿ 1931 ਵਿੱਚ ਇੰਗਲੈਂਡ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਦਸਤਖਤ ਕਰਕੇ ਉਸ ਫਾਂਸੀ ਦੇ ਖਿਲਾਫ ਗਿਆ। ਮੇਰੇ ਕੋਲ ਪ੍ਰਾਈਮ ਮਿਨਿਸਟਰ ਦਾ ਇੱਕ ਛੋਟਾ ਜਿਹਾ ਹੈਂਡ ਨੋਟ ਮਿਲਿਆ ਮੈਨੂੰ ਕਿ ਵੀ 4 ਇੰਡੀਪੈਂਡੈਂਟ ਸੋਸ਼ਲਿਸਟ ਗਰੁੱਪ ਜਿਹੜਾ ਸਕਾਟਲੈਂਡ ਦਾ ਸੀ, ਕਹਿੰਦਾ ਉਹਦੇ 4 MP ਸੀਗੇ ਤੇ ਉਹਨਾਂ ਨੇ ਮੈਨੂੰ ਆਣ ਕੇ ਕਿਹਾ ਕਿ ਵੀ ਤੂੰ ਮਤਲਬ ਕੰਜ਼ਰਵੇਟਿਵ ਦੀ ਜਿਹੜੀ ਪਾਲਿਸੀ ਕਰ ਰਿਹਾ ਇਹ ਤੁਹਾਨੂੰ ਇਹ ਨਹੀਂ ਦੇਣੀ ਚਾਹੀਦੀ। ਕਹਿੰਦਾ ਮੈਨੂੰ ਹੈਰਾਨ ਆ ਕਿ ਮੇਰੇ ਹੀ ਬੰਦੇ ਜਿਹੜੇ ਨੇ ਮੇਰੇ ਨਾਲ ਖੜੇ ਨਹੀਂ। ਔਰ ਤੋ ਇਹ ਜਿਹੜਾ ਹੈ ਮਤਲਬ ਕਿ ਜਿਹੜੀ ਉਹਨਾਂ ਦੀ ਮਿਹਨਤ, ਯਕੀਨ ਔਰ ਕਲੈਰਿਟੀ, ਔਰ ਜਿਹੜਾ ਉਹਨਾਂ ਦਾ ਲਾਸਟ ਵਰਡ ਸੀ ਕਿ ਮੈਨੂੰ ਅੱਜ ਇਨਕਲਾਬ ਦਾ ਨਿਸ਼ਾਨ ਬਣਾ ਦਿੱਤਾ, ਮੇਰੇ ਸਾਥੀਆਂ ਦੀਆਂ ਕੁਰਬਾਨੀਆਂ ਨੇ ਤੇ ਮੇਰੀ ਪਾਰਟੀ ਦੇ ਵਿਚਾਰਾਂ ਨੇ, ਤੋ ਇਸ ਕਰਕੇ ਮੈਂ ਉਹ ਤੋਂ ਪਿੱਛੇ ਨਹੀਂ ਹਟ ਸਕਦਾ। ਤੋ ਮਤਲਬ ਜਿੰਨੀ ਮੈਂ ਕਰ ਸਕਦਾ ਸੇਵਾ ਉਹ ਕੀਤੀ ਹੈ। ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਇੰਡੀਆ ਤੋਂ ਜੁੜੇ ਆ ਤੇ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਪਰਸਨਲੀ ਚਾਨਣਾ ਪਾਇਆ ਭਗਤ ਸਿੰਘ ਜੀ ਦੀ ਤੇ ਲਾਈਫ ਤੇ ਵਿਚਾਰਾਂ ਤੇ, ਤਾਂ ਆਲਸੋ ਕੰਪੈਰੀਸਨ ਵੀ ਕੀਤਾ ਕਿ ਜੇ ਅੱਜ ਦੇ ਟਾਈਮ ਵਿੱਚ ਜੋ ਪ੍ਰੋਟੈਸਟ ਹੋ ਰਹੀ ਆ ਬਾਰਡਰ ਦੇ ਉੱਤੇ, ਦਿੱਲੀ ਬਾਰਡਰ ਦੇ ਉੱਤੇ, ਕਿ ਉਹ ਐਕਚੁਲੀ ਭਗਤ ਸਿੰਘ ਦੇ ਜੀ ਦੇ ਸਿਧਾਂਤਾਂ ਤੇ ਹੀ ਚੱਲ ਰਹੀ ਆ ਤੇ ਹੁਣ ਜੋ ਉਹ ਉਹਨਾਂ ਨੇ 9 ਸਾਲ ਪਹਿਲਾਂ ਉਹਨਾਂ ਨੇ ਇਨਵਿਜ਼ਿਟ ਕੀਤਾ ਸੀ, ਉਹਨਾਂ ਨੇ ਵਿਜ਼ਨ ਕੀਤੀ ਸੀ, ਉਹਨਾਂ ਦੇ ਹੀ ਉਹ ਅਸੂਲਾਂ ਤੇ ਉਹਨਾਂ ਦੇ ਹੀ ਪ੍ਰਿੰਸੀਪਲ ਤੇ ਕਰ ਰਹੀ ਆ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਸ਼ੁਕਰੀਆ ਤੁਹਾਡਾ ਤੇ ਬਹੁਤ ਬਹੁਤ ਇੱਕ ਹੀ ਧੰਨਵਾਦ ਜੋ ਤੁਸੀਂ ਮਿਹਨਤ ਕਰ ਰਹੇ ਆ ਤੇ ਭਗਤ ਸਿੰਘ ਦੀ ਜੋ ਯਾਦਾਂ ਹੈਗੀਆਂ, ਜੋ ਵਰਕਸ ਹੈਗੇ ਆ ਸਾਡੇ ਸੰਸਾਰ ਦੇ ਵਿੱਚ, ਉਹਨੂੰ ਜੀਵਿਤ ਰੱਖ ਰਹੇ ਆ ਆਪਣੀ ਮਿਹਨਤ ਦੇ ਥਰੂ। ਥੈਂਕ ਯੂ ਵੈਰੀ ਮਚ। ਥੈਂਕ ਯੂ।